ਸਾਥੀਓ ਮੈਂ ਜਿੱਥੇ ਖੜਾ ਇਹ ਸਾਡੇ ਸ਼ਹਿਰ ਅੰਮ੍ਰਿਤਸਰ ਦਾ ਮਾਲ ਆਫ ਅੰਮ੍ਰਿਤਸਰ ਹੈ ਔਰ ਮੈਂ ਥੋੜਾ ਜਿਹਾ ਤੁਹਾਡਾ ਧਿਆਨ ਦਿਉਣਾ ਚਾਹੁੰਨਾ ਸਾਰਿਆਂ ਦਾ ਇੱਕ ਬੜੀ ਜੈਨੂਨ ਜੀ ਮੰਗ ਲੈ ਕੇ ਮੈਂ ਅੱਜ ਇੱਥੇ ਆਇਆ ਔਰ ਬੇਨਤੀ ਲੈ ਕੇ ਆਇਆ ਕਿ 213 ਦੇ ਕਰੀਬ ਇਹਦੇ ਅੰਦਰ ਜਿਹੜੀਆਂ ਦੁਕਾਨਾਂ ਚੱਲਦੀਆਂ ਨੇ ਜਿਹਦੇ ਵਿੱਚ 1550 ਜਿਹੜੇ ਮਲਾਜਮ ਨੇ ਸਾਡੇ ਯੰਗਸਟਰ ਨੇ ਮੁੰਡੇ ਨੌਜਵਾਨ ਲੜਕੇ ਲੜਕੀਆਂ ਉਹ ਇੱਥੇ ਕੰਮ ਕਰਦੇ ਨੇ ਔਰ 23 ਮਾਰਚ ਤੋਂ ਮਤਲਬ 7 ਦਿਨ ਪਹਿਲਾਂ 17 ਮਾਰਚ ਤੋਂ ਕਰੋਨਾ ਕਰਕੇ ਇਸ ਮਾਲ ਨੂੰ ਬੰਦ ਕਰ ਦਿੱਤਾ ਗਿਆ ਸੀਗਾ 8 ਜੂਨ ਤੱਕ ਤੇ ਬਿਲਕੁਲ ਮੁਕੰਮਲ ਬੰਦ ਰਿਆ ਉਸ ਤੋਂ ਬਾਅਦ ਥੋੜੀਆਂ-ਬਹੁਤੀਆਂ ਸਰਕਾਰ ਵੱਲੋਂ ਰਹਿਤਾਂ ਦਿੱਤੀਆਂ ਗਈਆਂ ਕਿ ਮਾਲ ਖੁੱਲ ਸਕਦੇ ਨੇ ਬਟ ਉਹਦੇ ਨਾਲ-ਨਾਲ ਜਿਹੜੇ ਇਹਦੇ ਅੰਦਰ ਬੱਚੇ ਨਹੀਂ ਆ ਸਕਦੇ ਇਹਦੇ ਅੰਦਰ ਮਤਲਬ 50 55 ਸਾਲ ਤੋਂ ਉੱਪਰ ਲੋਕ ਨਹੀਂ ਆ ਸਕਦੇ ਔਰ ਤੁਸੀਂ ਭਲੀ ਭਾਨ ਸਮਝ ਸਕਦੇ ਹੋ ਕਿ ਜੇ ਕਿਸੇ ਨੇ ਮਾਲ ਚ ਆਉਣਾ ਉਹ ਆਪਣੀ ਫੈਮਲੀ ਨਾਲ ਆਊਗਾ ਤੇ ਕੋਈ ਸ਼ਾਪਿੰਗ ਕਰ ਸਕਦਾ ਵਾ ਕੋਈ ਖਰੀਦਦਾਰੀ ਕਰ ਸਕਦਾ ਜਾਂ ਮਾਲ ਚੱਲ ਦ ਸਕਦਾ ਵਾ ਉਹਨਾਂ ਤੋਂ ਬਿਨਾ ਇਹ ਨਹੀਂ ਚੱਲ ਸਕਦਾ ਸੋ 9 ਮਹੀਨਿਆਂ ਤੋਂ ਇਹ ਜਿਹੜਾ ਪੰਜਾਬ ਆਜਾ ਮੌਲ ਆਜਾ ਇਹ ਲੋਕਾਂ ਦਾ ਰੋਜ਼ਗਾਰ ਆ ਉਹ ਲੀ ਦੇ ਉੱਤੇ ਨਹੀਂ ਸੀ ਆਇਆ ਲਾਕਡਾਊਨ ਦੇ ਵਿੱਚ ਬਹੁਤ ਵੱਡਾ ਨੁਕਸਾਨ ਜਿਹੜਾ ਪੂਰੇ ਹਿੰਦੁਸਤਾਨ ਨੂੰ ਹੋਇਆ ਪੰਜਾਬ ਨੂੰ ਵੀ ਹੋਇਆ ਪ੍ਰਾਈਵੇਟ ਜੌਬ ਜਿਹੜੇ ਜਿਹੜੇ ਲੋਕ ਕਰਦੇ ਸੀਗੇ 80% ਜਿਹੜੀਆਂ ਫਰਮ ਨੇ ਉਹਨਾਂ ਨੇ ਬੱਚਿਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਕਿਉਂਕਿ ਪ੍ਰਾਈਵੇਟ ਜੌਬ ਦਾ ਮਤਲਬ ਹੀ ਇਹ ਆ ਕਿ ਜੇ ਕੰਮ ਨਹੀਂ ਤੇ ਤਨਖਾਹ ਨਹੀਂ ਇੰਨੇ ਤਿਉਹਾਰ ਜਿਹੜੇ ਸਾਡੇ ਦੇਸ਼ ਦੇ ਆ ਸਾਡੇ ਸੂਬੇ ਦੇ ਉਹ ਮਰ ਚੁੱਕੇ ਸੀਗੇ ਜਿਹਦੇ ਚ ਹੋਲੀ ਵਿਸਾਖੀ ਰਖੜੀ ਨਰਾਤਰੇ ਦੁਸਹਿਰਾ ਅੱਗੋਂ 2 ਦਿਨ ਬਾਅਦ ਦੀਵਾਲੀ ਆ ਇਹ ਸਾਰੇ ਜਿਹੜਾ ਇਹ ਕੰਮ ਖਤਮ ਹੋਇਆ ਸੀਗਾ ਕਿਸੇ ਦਾ ਕੋਈ ਕਾਰੋਬਾਰ ਨਹੀਂ ਚੱਲਿਆ ਔਰ ਉੱਤੋਂ ਜਿਹੜਾ ਪੰਜਾਬ ਦੇ ਨਾਲ ਕਹਿਰ ਵਾਪਰਿਆ ਉਹ ਵਾਪਰਿਆ ਸੀਗਾ ਕਿ ਜਿਹੜਾ ਕਿਸਾਨਾਂ ਵਾਲਾ ਬਿੱਲ ਪਾਸ ਹੋ ਗਿਆ ਔਰ ਕਿਸਾਨ ਜਿਹੜਾ ਸੜਕਾਂ ਤੇ ਰੋਲ ਰਿਹਾ ਪੰਜਾਬ ਜਿਹੜਾ ਰੋਲ ਰਿਆ ਉਹਦੇ ਖਿਲਾਫ ਕਿਸਾਨਾਂ ਵੱਲੋਂ ਇੱਕ ਮੂਵਮੈਂਟ ਜਿਹੜੀ ਮੂਵਮੈਂਟ ਚਲਾਈ ਗਈ ਲਹਿਰ ਚਲਾਈ ਗਈ ਉਹ ਉਹਦੇ ਕਰਕੇ ਮਾਲ ਦੇ ਵਿੱਚ ਜਿਹੜਾ ਬਾਹਰ ਉਹਨਾਂ ਨੇ ਧਰਨਾ ਦਿੱਤਾ ਸੀਗਾ ਤੇ ਇਸ ਮਾਲ ਨੂੰ ਜਿਹੜਾ ਉਹ ਬੰਦ ਕਰਾਇਆ ਗਿਆ ਸੀਗਾ ਉਹਦਾ ਗੇਟ ਜਿਹੜਾ ਫਰੰਟ ਦੇ ਉੱਤੇ ਬੰਦ ਹੈ ਲੋਕ ਅੰਦਰ ਨਹੀਂ ਆ ਸਕਦੇ ਕਿਸੇ ਨੂੰ ਕੋ ਗੱਡੀ ਲਾਉਣ ਲਈ ਜਗ੍ਹਾ ਨਹੀਂ ਹੈਗੀ ਇਹ ਮਾਲ ਬੰਦ ਹੈ ਜੇ ਕੁਝ ਬਚਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਆ ਤੇ ਮੈਨੂੰ ਬਚਾਉਣ ਦੀ ਕੋਸ਼ਿਸ਼ ਜ਼ਰੂਰ ਕਰਦਾ ਅੱਜ ਕਿਸਾਨ ਜਥੇਬੰਦੀਆਂ ਕੋਲੇ ਜਿਹੜੀ ਜਥੇਬੰਦੀ ਇੱਥੇ ਬੈਠੀ ਹੈ ਇਹ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਹੈ ਜਦੇ ਮੁਖੀ ਸਾਰ ਬਲਦੇਵ ਸਿੰਘ ਸਿਰਸਾ ਨੇ ਮੈਂ ਰਾਤੀ ਉਹਨਾਂ ਨਾਲ ਵੀ ਫੋਨ ਦੇ ਉੱਤੇ ਗੱਲ ਕੀਤੀ ਸੀਗੀ ਕਿ ਇਸ ਮਾਲ ਦੇ ਵਿੱਚ ਹਰ ਜਗ੍ਹਾ ਜਿਹੜਾ ਵਿਰੋਧ ਹੋ ਰਿਹਾ ਉਹ ਅਡਾਨੀ ਤੇ ਬਾਨੀ ਦਾ ਹੋ ਰਿਹਾ ਰਿਲਾਇੰਸ ਦਾ ਹੋ ਰਿਹਾ ਉਹਦੇ ਪ੍ਰਤੀ ਸਾਡੇ ਲੋਕਾਂ ਦੇ ਵਿੱਚ ਗੁੱਸਾ ਔਰ ਇਸ ਮਾਲ ਦੇ ਵਿੱਚ ਪੰਜ ਜਿਹੜੇ ਮਤਲਬ ਸਟੋਰ ਨੇ ਔਰਲੈਂਸ ਦੇ ਚੱਲ ਰਹੇ ਨੇ ਨੰਬਰ 1 ਰਲੈਂਸ ਸਮਾਰਟ ਨੰਬਰ 2 ਔਰਲੈਂਸ ਡਿਜੀਟਲ ਨੰਬਰ 3 ਰਲੈਂਸ ਜੁਐਲਰੀ ਨੰਬਰ 4 ਰਲੈਂਸ ਟ੍ਰੈਂਡ ਔਰ ਪੰਜਵਾਂ ਜਿਹੜਾ ਰਲੈਂਸ ਸ਼ੂ ਹੈ ਉਹਦੇ ਨਾਲ ਨਾਲ ਤੁਸੀਂ ਹੋਰ ਵੀ ਕਿਸੇ ਨੂੰ ਪਿੰਪੁਆਇੰਟ ਕਰ ਦਿਓ ਕਿ ਜੇ ਰਲੈਂਸ ਦੀ ਕੋਈ ਹਿੱਸੇਦਾਰੀ ਹੈ 1 2 4 ਉਹਦੇ ਨਾਲ ਹੋਰ ਵੀ ਬੰਦ ਹੋ ਜਾਣ ਕਮ ਸੇ ਕਮ 200 ਸਟੋਰ ਤੇ ਜਿਹੜਾ ਬਾਕੀ ਖੁੱਲੇ ਉਹ ਤੁਸੀਂ ਪਿੰਨ ਪੁਆਇੰਟ ਕਰੋ ਇਹ ਕੱਲ ਮਾਲ ਵਾਲਿਆਂ ਨੇ ਇਹਨਾਂ ਨੂੰ ਮੈਮੋਰੰਡਮ ਦਿੱਤਾ ਕਿ ਰਿਲੇਸ ਦੇ ਸਟੋਰ ਮੁਕੰਮਲ ਬੰਦ ਨੇ ਬਾਕੀ ਜਿਹੜਾ ਮਾਲ ਸਾਡਾ ਚੱਲਣ ਦਿਓ 1550 ਬੱਚਾ ਜਿਹੜਾ ਅੰਦਰ ਕੰਮ ਕਰ ਰਿਹਾ 200 ਉਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਬੈਂਕਾਂ ਤੋਂ ਲੋਨ ਲਏ ਹੋਏ ਨੇ ਉਹ ਬੈਂਕ ਕਰਪਸੀ ਵੱਲ ਵਧ ਰਹੇ ਨੇ ਪਹਿਲਾਂ ਵੀ ਸ਼ਹਿਰ ਦੇ ਵਿੱਚ ਇੰਨੀ ਆਤਮ ਹੱਤਿਆ ਹੋਈਆਂ ਔਰ ਗਰੀਬੀ ਕਰਕੇ ਔਰ ਭੁੱਖਮਰੀ ਕਰਕੇ ਜਿਹੜੀਆਂ ਲੋਕਾਂ ਦਾ ਸਾਧਨ ਨਹੀਂ ਹੈਗੇ ਬੱਚਿਆਂ ਕੋ ਕਰਾਏ ਨਹੀਂ ਦਿੱਤੇ ਜਾ ਰਹੇ ਬੇਕਾਰ ਹੋ ਰਹੇ ਨੇ ਬਾਕੀ ਮੌਲ ਜਿਹੜਾ ਸਾਡਾ ਚੱਲਣ ਦਿੱਤਾ ਜਾਵੇ ਉਹ ਬੇਨਤੀ ਅੱਜ ਮੈਂ ਸਾਰਾ মিডিਆ ਲੈ ਕੇ ਇਹਨਾਂ ਨੂੰ ਕਰਨ ਆਇਆ ਸੀਗਾ ਕਿ ਬੇਸ਼ੱਕ ਅੰਦਰ ਕੋਈ ਆਪਣਾ ਇੱਕ ਵਲੰਟੀਅਰ ਬਿਠਾ ਦਿਓ ਤੁਹਾਡੇ ਨਾਲ ਪ੍ਰੋਮਿਸ ਹੈ ਕਿ ਜਿੰਨੀ ਦੇਰ ਕਿਸਾਨ ਜਥੇਬੰਦੀਆਂ ਦਾ ਹੁਕਮ ਨਹੀਂ ਆਉਂਦਾ ਜਾਂ ਕੋ ਫੈਸਲਾ ਨਹੀਂ ਆਉਂਦਾ ਇਹਦੇ ਅੰਦਰ ਲਾਇਸੈਂਸ ਦੇ ਜਿਹੜੇ ਉਹ ਸਟੋਰ ਬੰਦ ਰਹਿਣਗੇ ਕਿਉਂਕਿ ਬਾਕੀ ਲੋਕ ਵੀ ਹੌਲੀ ਹੌਲੀ ਆਪਣੇ ਸਟਾਫ ਨੂੰ ਘਟਾ ਕਰ ਰਹੇ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦੇ ਰਹੇ ਔਰ ਉਹ ਉਹ ਜਿਹੜੇ ਸਟੋਰ ਬੰਦ ਹੋ ਜਾਣੇ ਨੇ ਉਹਨਾਂ ਬੱਚਿਆਂ ਨੂੰ ਕੱਢ ਦੇਣਾ ਔਰ ਬੱਚਿਆਂ ਦੇ ਘਰ ਦਾ ਗੁਜ਼ਾਰਾ ਨਹੀਂ ਚੱਲ ਸਕਦਾ 1500 ਜੇ ਬੱਚਾ 5-5 ਉਹਨਾਂ ਦੇ ਨਾਲ ਉਹਨਾਂ ਦੇ ਜੀ ਜੁੜੇ ਨੇ ਇਹਨਾਂ ਨੇ ਕੱਲ ਇਹਨਾਂ ਨੂੰ ਮੈਮੋਰੰਡਮ ਦਿੱਤਾ ਸੀ ਮੈਂ ਵੀ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕੀਤੀ ਹੈ ਕਿ ਸਭ ਦਾ ਖਿਆਲ ਰੱਖੋ ਤੁਹਾਡੀ ਜਥੇਬੰਦੀ ਬੜੀ ਵੱਡੀ ਹੈ ਤੁਸੀਂ ਸਾਰੇ ਪੰਜਾਬ ਦੇ ਰਖਵਾਲੇ ਬਣਨਾ ਹੈ ਥੋੜੀ ਰਣਨੀਤੀ ਜੋ 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 ਮੂਵਮੈਂਟ ਚੱਲਦੀ ਹੈ ਉਹਦੇ ਵਿੱਚ ਬੜੀਆਂ ਦਿੱਕਤਾਂ ਆਉਂਦੀਆਂ ਹਨ ਹੌਲੀ ਹੌਲੀ ਦਸ਼ਾ ਦੇ ਨਾਲ ਜੇ ਕਿਤੇ ਦਿਸ਼ਾ ਵੀ ਬਦਲਣੀ ਆਵੇ ਤੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਮੁਸ਼ਕਲ ਨੂੰ ਹੱਲ ਕਰੋ ਗੁੱਸਾ ਤੇ ਲੜਾਈ ਜਿਹੜੀ ਉਹ ਰਿਲੈਂਸ ਦੇ ਨਾਲ ਹੈ ਜਾਂ ਤੇ ਸਾਰਾ ਹੀ ਪੰਜਾਬ ਬੰਦ ਹੋਵੇ ਤੇ ਫਿਰ ਇਸ ਮਾਲ ਨੂੰ ਬੰਦ ਕਰ ਦਿੱਤਾ ਜਾਵੇ ਸ਼ਹਿਰ ਦੇ ਵਿੱਚ ਮੈਂ ਨਾ ਨਹੀਂ ਲੈਂਦਾ ਹੋਰ ਵੀ ਬਹੁਤ ਮਾਲ ਨੇ ਜਿਨ੍ਹਾਂ ਦੇ ਅੰਦਰ ਥੱਲੇ ਰਿਲਾਇੰਸ ਬੰਦ ਹੈ ਪਰ ਬਾਕੀ ਸਾਰੇ ਮਾਲ ਜਿਹੜੇ ਚੱਲ ਰਹੇ ਨੇ ਸੋ ਇਸੇ ਤਰਜ ਦੇ ਉੱਤੇ ਇਹਦੇ ਵਿੱਚ ਬਾਕੀ ਜਿਹੜਾ ਕਾਰੋਬਾਰ ਹੋਣ ਦਿੱਤਾ ਜਾਵੇ ਬੱਚਿਆਂ ਨੂੰ ਮਤਲਬ ਬੇਰੁਜ਼ਗਾਰ ਨਾ ਹੋਣ ਦਿੱਤਾ ਜਾਵੇ ਸਾਡੇ ਆਪਣੇ ਬੱਚੇ ਜਿਹੜੇ ਨੌਕਰੀਆਂ ਤੋਂ ਜਾ ਰਹੇ ਨੇ ਸੋ ਇਹ ਬੇਨਤੀ ਕੋਈ ਹਉਮੇ ਨਹੀਂ ਹੈ ਕੋਈ ਸਾਡਾ ਹੱਕ ਨਹੀਂ ਹੈ ਕਿਸਾਨ ਜਥੇਬੰਦੀਆਂ ਨੂੰ ਰਿਕਵੈਸਟ ਕੀਤੀ ਹੈ ਕਿ ਮੇਰਾ ਸ਼ਹਿਰ ਆ ਇਹਦੇ ਲਈ ਬੋਲਣਾ ਮੇਰਾ ਫਰਜ਼ ਸੀਗਾ ਤੁਹਾਡੀ ਮੂਵਮੈਂਟ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਹਰ ਬੰਦਾ ਤੁਹਾਡੇ ਨਾਲ ਹੈ ਜਿੱਥੇ ਕਿਤੇ ਤੁਸੀਂ ਮੇਰੀ ਵੀ ਡਿਊਟੀ ਲਾਓ ਅਸੀਂ ਤੁਹਾਡੇ ਲੋਕਾਂ ਦੇ ਨਾਲ ਖੜੇ ਆ ਮੈਂ ਫਿਰ ਕਹਿੰਨਾ ਮੈਂ ਕਿਸਾਨ ਦਾ ਪੁੱਤ ਨਹੀਂ ਪਰ ਮੈਂ ਪੰਜਾਬ ਦਾ ਪੁੱਤ ਹਾਂ ਜਿੱਥੇ ਕਿਤੇ ਮੁਸ਼ਕਲ ਆਉਂਦੀ ਹੈ ਅਸੀਂ ਲੜਨ ਨੂੰ ਤਿਆਰ ਆ ਤੁਹਾਡੇ ਲਈ ਸਾਡੇ ਆਖੇ ਉਹ ਮੁਸ਼ਕਲ ਹੱਲ ਹੋਣੀ ਹੈ ਜਾਂ ਨਹੀਂ ਹੋਣੀ ਮਤਲਬ ਅਸੀਂ ਤੁਹਾਨੂੰ ਇਹ ਨਹੀਂ احساس ਹੋਣ ਦੇ ਸਕਦੇ ਕਿ ਅਸੀਂ ਤੁਹਾਡਾ ਸਾਥ ਨਹੀਂ ਦਿੱਤਾ ਅਸੀਂ ਲੋਕ ਤੁਹਾਡਾ ਅੰਨ ਖਾਂਦੇ ਆ ਸਾਡੇ ਵੱਡੇ-ਵਡੇਰੇ ਤੁਹਾਡਾ ਅੰਨ ਖਾਂਦੇ ਰਹੇ ਨੇ ਸਾਡੇ ਬੱਚੇ ਤੁਹਾਡਾ ਅੰਨ ਖਾਂਦੇ ਨੇ ਸਾਡੇ ਲਈ ਤੁਸੀਂ ਭਗਵਾਨ ਸਮਾਨ ਹੋ ਔਰ ਜਿਵੇਂ ਰੱਬ ਦੇ ਅੱਗੇ ਅਰਦਾਸ ਕਰੀਦੀ ਆ ਮੰਦਿਰ ਗੁਰਦੁਆਰੇ ਦੇ ਵਿੱਚ ਜਾ ਕੇ ਉਸੇ ਤਰੀਕੇ ਅੱਜ ਜਿਸੀ ਇਹਨਾਂ ਨੂੰ ਵੀ ਇਹ ਬੇਨਤੀ ਕੀਤੀ ਹੈ ਕਿ ਇਹ ਮਸਲਾ ਜਿਹੜਾ ਹੈ ਇਹਨੂੰ ਇਹਦੇ ਉੱਤੇ ਵਿਚਾਰ ਕੀਤਾ ਜਾਵੇ ਸਿਰਸਾ ਜੀ ਦੇ ਨਾਲ ਨਾਲ ਇਹ ਅੱਜ ਮੈਂ ਫੋਨ ਕਾਲ ਸਵੇਰੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਨਿਸਾਰ ਬਲਬੀਰ ਸਿੰਘ ਰਾਜੇਵਾਲ ਉਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਫੋਨ ਦੇ ਉੱਤੇ ਕਿ ਸਰ ਇਹ ਮਸਲਾ ਜ਼ਰੂਰ ਵਿਚਾਰੋ ਬਾਕੀ ਜਿਹੜਾ ਕਾਰੋਬਾਰ ਇਹ ਚੱਲਣਾ ਚਾਹੀਦਾ ਇੱਕ ਜੈਨੂਨ ਜੀ ਮੰਗ ਹੈ ਤੁਹਾਡੇ ਕੋਲ ਔਰ ਕਿਸੇ ਨਾਲ ਵੀ ਗੱਲ ਕਰਨ ਤੋਂ ਮੈਨੂੰ ਕੋਈ ਗਰੇਜ ਨਹੀਂ ਹੈ ਚਾਹੇ ਕੋਈ ਵੀ ਹੋਵੇ ਕਿ ਗੈਰਤ ਇਤਨੀ ਹੈ ਕਿ ਆਪਣੇ ਲਈ ਕਿਸੇ ਦਰ ਪਰ ਝੁਕਾ ਨਹੀਂ ਬੇਗੈਰਤ ਇਤਨਾ ਹੋ ਕਿ ਲੋਕੋ ਕੇ ਲਈ ਕੋਈ ਦਰ ਛੋੜਾ ਨਹੀਂ ਮੇਰੇ ਸਾਹਮਣੇ ਜਦੋਂ ਵੀ ਕੋਈ ਮੁਸ਼ਕਲ ਆਏਗੀ ਮੈਂ ਉਹਨੂੰ ਰੱਖਾਂਗਾ ਜ਼ਰੂਰ ਮੰਨਣਾ ਨਾ ਮੰਨਣਾ ਇਹਨਾਂ ਦੇ ਹੱਥ 'ਚ ਹੈ ਜੋ ਹੁਕਮ ਲਾਉਣਗੇ ਮੈਂ ਫਿਰ ਕਿੰਨਾ ਕੇ ਫੈਸਲਾ ਇਨਾਂ ਦੇ ਹੱਥ ਦੇ ਵਿੱਚ ਆ ਇਹਨਾਂ ਦੇ ਉੱਤੇ ਕੀ ਰਣਨੀਤੀ ਬਣਾਉਣੀ ਹੈ ਕੀ ਇਹਦੇ ਉੱਤੇ ਫੈਸਲਾ ਦੇਣਾ ਅਸੀਂ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਾਂਗੇ ਪਰ ਇੱਕ ਤਰਕ ਨਾਲ ਗੱਲ ਕੀਤੀ ਗਈ ਹੈ ਕਿ ਬਾਕੀ ਮੌਲ ਜਿਹੜਾ ਚੱਲਣ ਦਿੱਤਾ ਜਾਵੇ ਮੈਂ ਆਪਣੇ ਸ਼ਹਿਰ ਲਈ ਬੋਲਦਾ ਹਾਂ ਮੇਰੇ ਸ਼ਹਿਰ ਦੇ ਬੱਚੇ ਬੱਚੀਆਂ ਜੇ ਬੇਰੋਜ਼ਗਾਰ ਹੋਣਗੇ ਤੇ ਮੈਂ ਮੇਰਾ ਕੋਲ ਲੀਡਰਾਂ ਕੋ ਵੋਟ ਬੈਂਕਰ ਵਾਲਾ ਰੌਲਾ ਨਹੀਂ ਹੈਗਾ ਕਿ ਇੱਕ ਪਾਸੇ ਵੋਟ ਬੈਂਕ ਬੜਾ ਜ਼ਿਆਦਾ ਹੈ ਤੇ ਸਿਰਫ ਉੱਥੇ ਹੀ ਗੱਲ ਕਰਾਂਗਾ ਜਿੱਥੇ ਜਿੱਥੇ ਕਿਤੇ ਇੱਕ ਅੱਧੇ ਪਰਿਵਾਰ ਨੂੰ ਮੁਸ਼ਕਲ ਆਉਂਦੀ ਮੈਂ ਉਹਦੇ ਤੇ ਬੋਲਣ ਦੀ ਕੋਸ਼ਿਸ਼ ਕਰਦਾ ਔਰ 17 ਅਕਤੂਬਰ ਤੋਂ ਇਹ ਧਰਨਾ ਚੱਲ ਰਿਹਾ ਔਰ ਮੈਂ ਮਾਲ ਦੀ ਐਡਮਿਨਿਸਟ੍ਰੇਸ਼ਨ ਤੋਂ ਪੁੱਛਿਆ ਕਿ ਇਹ 17 ਅਕਤੂਬਰ ਤੋਂ ਹੀ ਰੇਲੈਂਸ ਦੇ ਜਿਹੜੇ ਬੰਦ ਨੇ ਮੈਂ ਸੋ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਹੱਕਾਂ ਦੀ ਜਿਹੜੀ ਲਹਿਰ ਹੈ ਉਹਦੇ ਉਹਦਾ ਪੂਰਾ ਸਤਕਾਰ ਹੈ ਤੁਸੀਂ ਸਿਰਫ ਇਹਦੇ ਉੱਤੇ ਗੱਲ ਕਰਕੇ ਵਿਚਾਰੋ ਇੱਕ ਜੈਨੂਇਨ ਜੀ ਮੰਗ ਤੁਹਾਡੇ ਕੋਲ ਰੱਖੀ ਆਰ ਮਾਲ ਵਾਲਿਆਂ ਨੇ ਦੋ ਤਿੰਨ ਵਾਰੀ ਪ੍ਰਸ਼ਾਸਨ ਨੂੰ ਵੀ ਚਿੱਠੀ ਲਿਖੀ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਵੀ ਚਿੱਠੀ ਲਿਖੀ ਫਰਜ਼ ਤੇ ਉਹਨਾਂ ਦਾ ਬਣਦਾ ਸੀ ਕਿ ਇਹਨਾਂ ਦਾ ਤਾਲਮੇਲ ਕਰਾਉਂਦੇ ਇੱਥੇ ਬਾਹਰ ਕਿਸੇ ਐਸਡੀਐਮ ਦੀ ਡਿਊਟੀ ਲਾਉਂਦੇ ਮੈਂ ਨਹੀਂ ਕਹਿੰਦਾ ਕਿਸਾਨਾਂ ਨੂੰ ਕਿਤੇ ਬੁਲਾਉਂ ਇੱਥੇ ਮੌਲ ਵਾਲਿਆਂ ਨੂੰ ਬਾਹਰ ਸੱਦ ਲੈਂਦੇ ਔਰ ਇੱਕ ਤਰਕ ਨਾਲ ਗੱਲ ਕਰਦੇ ਇੱਕ ਜਿਹੜਾ ਮਤਲਬ ਸਮਝੌਤਾ ਜਾਂ ਇਹ ਖੁੱਲ ਸਕਦਾ ਸੀ ਇੱਕ ਛੋਟੇ ਜਿਹੇ ਉਪਰਾਲੇ ਦੇ ਨਾਲ ਇਹ ਜੇ ਚਾਲੂ ਹੋ ਸਕਦਾ ਸੀ ਤੇ ਇਹਨੂੰ ਕਰ ਲੈਣਾ ਚਾਹੀਦਾ ਸੀ ਮੈਨੂੰ ਨਹੀਂ ਪਤਾ ਪ੍ਰਸ਼ਾਸਨ ਡਰਦਾ ਕਿਉਂ ਹੈ ਉਹ ਕਿਸਾਨਾਂ ਨਾਲ ਗੱਲ ਕਰਦੇ ਆ ਵੀ ਕੋਈ ਡਰਦਾ ਸਾਡੇ ਆਪਣੇ ਨੇ ਯਾਰ ਸਾਡੇ ਵੱਡੇ ਵਡੇਰੇ ਨੇ ਅਸੀਂ ਉਹਨਾਂ ਨਾਲ ਅੱਜ ਗੱਲ ਕੀਤੀ ਉਹਨਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਬਿਲਕੁਲ ਸਾਡੀ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੈ ਤੁਹਾਨੂੰ ਜਿਹੜਾ ਇਹਦਾ ਪੋਜ਼ਿਟਿਵ ਰਿਸਪਾਂਸ ਤੁਹਾਡੀ ਮੰਗ ਜੇ ਜੈਨੂਅਨ ਹੈ ਤੇ ਉਹਦੇ ਵਿੱਚ ਵਿਚਾਰ ਕਰਕੇ ਸਾਰੀ ਜਥੇਬੰਦੀ ਦੇ ਨਾਲ ਤੁਹਾਨੂੰ ਦੱਸਿਆ ਜਾਊਗਾ ਔਰ ਮੈਂ ਵੀ ਕਹਿਣਾ ਕਿ ਜਿੱਥੇ ਕਿਤੇ ਵੀ ਕਿਸਾਨਾਂ ਦਾ ਜੇ ਕੋਈ ਨੁਕਸਾਨ ਹੁੰਦਾ ਤੇ ਬਿਲਕੁਲ ਇਸ ਮਸਲੇ ਨੂੰ ਨਾ ਵਿਚਾਰਿਆ ਜਾਵੇ ਲੋਕ ਪਰ ਮੈਂ ਇਹਦੇ ਨਾਲੇ ਵੀ ਧਿਆਨ ਰੱਖਿਆ ਜਾਵੇ ਕਿ ਲੋਕਾਂ ਦੇ ਕੰਮ ਪਹਿਲਾਂ ਹੀ ਨਹੀਂ ਹੈਗੇ ਲੋਕ ਘਰੋਂ ਪਹਿਲਾਂ ਵੀ ਸਰਕਾਰ ਨੇ ਇਹਨਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਵਪਾਰੀਆਂ ਦੇ ਨਾਲ ਕਿ ਬਿਜਲੀ ਬੰਦ ਹੋ ਜਾਣੀ ਹੈ ਵਪਾਰੀਆਂ ਨੇ ਵੀ ਕਿਤੇ ਨਾ ਕਿਤੇ ਗੁੱਸਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਪ੍ਰੈਸ ਕਾਨਫਰੰਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਕਿਸਾਨਾਂ ਨੇ ਇੰਨੀ ਸਮਝਦਾਰੀ ਤੇ ਐਡੀ ਯਾਰ ਰਣਨੀਤੀ ਆ ਅਸੀਂ ਲੋਕ ਤੇ ਅੱਜ ਸਿਆਸਤ 'ਚ ਆ ਅਸੀਂ ਲੋਕ ਤੇ ਅੱਜ ਆਹ ਲੋਕਾਂ ਨੂੰ ਕਹਿੰਨੇ ਆ ਵੀ ਅਸੀਂ ਤੁਹਾਡੇ ਨਾਲ ਖੜੇ ਆ ਬੜੀ ਧੀਰ ਤੋਂ ਇਹ ਆਪਣੀ ਲਹਿਰ ਚਲਾਉਂਦੇ ਨੇ ਬਹੁਤ ਬੁੱਧੀਜੀਵੀ ਤੇ ਬੜੇ ਵੱਡੇ ਰਣਨੀਤੀਕਾਰ ਨੇ ਉਹਨਾਂ ਨੇ ਇੱਕ ਸਾਰਚੀ ਪਰਮਿਸ਼ਨ ਦਿੱਤੀ ਵੀ ਰੇਲ ਗੱਡੀਆਂ ਚਲਾਓ ਸਾਡੀ ਲੜਾਈ ਸਰਕਾਰਾਂ ਦੇ ਨਾਲ ਐ ਨਾ ਵਪਾਰੀਆਂ ਦੇ ਨਾਲ ਤੇ ਨਾ ਕਿਸੇ ਹੋਰ ਵਰਗ ਦੇ ਨਾਲ ਸੋ ਮੈਂ ਬੇਨਤੀ ਕਰਦਾ ਅੱਜ ਫੇਰ ਜਿਹੜੇ ਵੀ ਸਾਡੇ ਵੀਰ ਧਰਨੇ ਤੇ ਬੈਠੇ ਨੇ ਇਹ ਸਿਰਸਾ ਸਾਹਿਬ ਦੇ ਜਿਹੜੇ ਲੋਕ ਨੇ ਮੈਂ ਸਿਰਸਾ ਸਾਹਿਬ ਦੀ ਵੀ ਗੱਲ ਕਰਦਾ ਕਿ ਬੜੀ ਵਧੀਆ ਉਹ ਲਹਿਰ ਹੋਰ ਵੀ ਬੜੇ ਕੰਮ ਚੰਗੇ ਕਰਦੇ ਨੇ ਸ਼੍ਰੋਮਣੀ ਕਮੇਟੀ ਦੀਆਂ ਕਈ ਪੋਲਾ ਖ ਬੜਾ ਵੱਡਾ ਜੋਸ਼ ਆ ਉਹਨਾਂ ਦੇ ਵਿੱਚ ਪਰ ਇਸ ਮਸਲੇ ਦੇ ਉੱਤੇ ਵਿਚਾਰ ਕਰਕੇ ਸਾਡੇ ਸ਼ਹਿਰ ਦਾ ਜੇ ਕੋਈ ਬਚਾਅ ਹੋ ਸਕਦਾ 1500 ਪਰਿਵਾਰ ਦਾ ਬਚਾਅ ਹੋ ਸਕਦਾ ਤੇ ਇਹਦੇ ਉੱਤੇ ਵਿਚਾਰ ਕੀਤਾ ਜਾਵੇ ਮੈਂ ਆਪਣੀ ਗੱਲ ਰੱਖੀ ਆ ਇਹਨੂੰ ਮੰਨਣਾ ਨਾ ਮੰਨਣਾ ਤੁਹਾਡਾ ਕੰਮ ਹੈ ਆਪਣੇ ਸ਼ਹਿਰ ਲਈ ਲੜਦੇ ਮਰਦੇ ਰਹਿਣਾ ਆਪਣੇ ਪੰਜਾਬ ਲਈ ਲੜਦੇ ਮਰਦੇ ਰਹਿਣਾ ਇਹ ਮੇਰਾ ਫਰਜ਼ ਹੈ ਮੈਂ ਅਖੀਰ ਚੇ ਚਾਰ ਲੈਣਾ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਇਸ ਚਮਨ ਕੋ ਕਦੇ ਸਹਰਾ ਨਹੀਂ ਹੋਣੇ ਦੂੰਗਾ ਮਰ ਮਿਟੂਗਾ ਮਗਰ ਐਸਾ ਨਹੀਂ ਹੋਣੇ ਦੂੰਗਾ ਜਬ ਤਲਕ ਵੀ ਮੇਰੀ ਪਲਕੋں ਤੇ ਦੀਏ ਰੋਸ਼ਨ ਹੈ ਆਪਣੀ ਨਗਰੀ ਮੇਂ ਅੰਧੇਰਾ ਨਹੀਂ ਹੋਣੇ ਦੂੰਗਾ